ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ। ਮੈਂ ਪਰਮ ਭਾਰਦਵਾਜ। ਇੱਕ ਨਿੱਜੀ ਟੀਵੀ ਚੈਨਲ ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ ਰਾਮ ਸੀਆ ਕੇ ਲਵ ਕੁਸ਼ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਜੀਵਨੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆ ਅੱਜ ਵਾਲਮੀਕ ਭਾਈਚਾਰੇ ਦੇ ਲੋਕ ਸੜਕਾਂ ਤੇ ਉਤਰ ਆਏ। ਰੋਸ ਵਜੋਂ ਅੱਜ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਦਸੂਹਾ ਟਾਂਡਾ ਮੁਕੇਰੀਆ ਹਾਈਵੇ ਤੇ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੇ ਮੰਗ ਕੀਤੀ ਕਿ ਚੈਨਲ ਸਮੇਤ ਰਾਮ ਸੀਆ ਕੇ ਲਵ ਕੁਸ਼ ਦੇ ਸੀਰੀਅਲ ਵਿੱਚ ਹਰੇਕ ਕਿਰਦਾਰ ਅਦਾ ਕਰਨ ਵਾਲੇ ਤੇ FIR ਦਰਜ ਹੋਵੇ। ਰੋਸ ਪ੍ਰਦਰਸ਼ਨ ਕਰ ਰਹੇ ਭਾਈਚਾਰੇ ਵੱਲੋਂ ਇੱਕ ਚੰਗੀ ਗੱਲ ਨਜ਼ਰ ਆਈ ਕਿ ਉਹਨਾਂ ਨੇ ਸਥਾਨਕ ਦਵਾਈਆਂ ਦੀਆਂ ਦੁਕਾਨਾਂ ਬੰਦ ਨਹੀਂ ਕਰਵਾਈਆਂ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੀ ਰਿਪੋਰਟ।